ਚੰਡੀਗੜ੍ਹ ਦੇ ਵਿੱਚ ਆਉਣ ਵਾਲੇ ਲੋਕਾਂ ਦੇ ਲਈ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ, ਜਿੱਥੇ ਕਿ ਦੇਖਿਆ ਜਾਵੇ ਤਾਂ ਪੂਰਨ ਤੌਰ 'ਤੇ ਚੰਡੀਗੜ੍ਹ ਦੇ ਵਿੱਚ ਪ੍ਰਯਟਕ ਜਿਹੜੇ ਨੇ ਉਹ ਜ਼ਰੂਰ ਘੁੰਮਣ ਆਉਂਦੇ ਨੇ, ਪਾਰਕਿੰਗ ਦੇ ਵਿੱਚ ਵੀ ਆਉਂਦੇ ਨੇ, ਅਤੇ ਜੇਕਰ ਕਿਹਾ ਜਾਵੇ ਜੇਕਰ ਮਾਰਕੀਟ ਦੇ ਵਿੱਚ ਆਉਂਦੇ ਨੇ ਤਾਂ ਪਾਰਕਿੰਗ ਫੀਸ ਜ਼ਰੂਰ ਲੱਗਦੀ ਹੈ। ਪਾਰਕਿੰਗ ਫੀਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਜਿਹੜੀ ਹੈ ਉਹ ਤੁਹਾਨੂੰ ਦੱਸਣ ਜਾ ਰਿਹਾ, ਜਿਹਦੇ ਵਿੱਚ ਦੇਖੋ ਤੁਸੀਂ ਚੰਡੀਗੜ੍ਹ ਦੇ ਵਿੱਚ ਇੱਕ ਪਹਿਲਾਂ ਤਾਂ ਪਰਚੀ ਕੱਟੀ ਜਾਂਦੀ ਸੀ ਪਾਰਕਿੰਗ ਦੇ ਲਈ, ਹੁਣ ਜਿਹੜਾ QR ਕੋਡ ਜਿਹੜੇ ਨੇ ਉਹ ਚੰਡੀਗੜ੍ਹ ਨਗਰ ਨਿਗਮ ਵੱਲੋਂ ਜਾਰੀ ਕਰਤੇ ਗਏ ਨੇ, ਕਿਉਂਕਿ ਪਰਚੀ ਵਾਲਾ ਸਿਸਟਮ ਜੇਕਰ ਗੱਲ ਕੀਤੀ ਤਾਂ ਕਈ ਲੋਕ ਜਿਹੜੇ ਨੇ ਉਹ ਪਰਚੀ ਨਹੀਂ ਲੈਂਦੇ ਸੀ, ਐਵੇਂ ਹੀ ਚਲੇ ਜਾਂਦੇ ਸੀ, ਅਤੇ ਜਿਸ ਦੇ ਚੱਲਦਿਆਂ ਟਾਈਮ ਜਿਹੜਾ ਉਹ ਜ਼ਿਆਦਾ ਵੇਸਟ ਹੁੰਦਾ ਸੀ। ਹੁਣ ਜਿਹੜਾ QR ਕੋਡ ਦੇ ਨਾਲ ਲੋਕ ਜਿਹੜੇ ਨੇ ਸਕੈਨ ਕਰ ਰਹੇ ਨੇ ਅਤੇ ਨਾਲ ਦੇ ਨਾਲ ਜਿਹੜਾ ਉਹ ਪਾਰਕਿੰਗ ਦੇ ਵਿੱਚ ਆਪਣੀ ਫੀਸ ਜਿਹੜੀ ਆ ਉਹ ਜਮ੍ਹਾਂ ਕਰਦੇ ਨੇ। ਹਾਲਾਂਕਿ ਜੇਕਰ ਪਾਰਕਿੰਗ ਫੀਸ ਦੀ ਗੱਲ ਕਰੀਏ ਤਾਂ ਉਹੀ ਰੇਟ ਨੇ ਫਿਲਹਾਲ, ਰੇਟਾਂ ਦੇ ਵਿੱਚ ਕੋਈ ਵੀ ਬਦਲਾਅ ਜਿਹੜਾ ਉਹ ਨਹੀਂ ਕੀਤਾ ਗਿਆ। ਜਿਹਦੇ ਵਿੱਚ ਦੇਖਿਆ ਜਾਏ ਤਾਂ 2-wheeler, ਜੇ ਤੁਸੀਂ 2-wheeler ਦੇ ਵਿੱਚ ਇੱਕ ਵਾਰ ਐਂਟਰੀ ਕਰਦੇ ਹੋ ਤਾਂ 70 rupees ਦਾ ਰੇਟ ਜਿਹੜਾ ਉਹ ਲੱਗਿਆ ਹੋਇਆ। ਜੇਕਰ ਗੱਲ ਕਰੀਏ 4-wheeler ਦੀ, ਜਿਹੜੀ ਕਿ ਨੋਨ ਕਮਰਸ਼ੀਅਲ ਜਿਹੜੀ ਕਿ ਤੁਹਾਡੀ ਪ੍ਰਾਈਵੇਟ ਗੱਡੀ ਹੈ, ਤਾਂ ਉਹਦੇ ਵਿੱਚ 14 rupees ਜਿਹੜਾ ਉਹ ਰੇਟ ਰੱਖਿਆ ਗਿਆ। ਜੇਕਰ ਜੀਪ ਟੈਕਸੀ ਦੀ ਗੱਲ ਕਰੀਏ ਜਾਂ 3-wheeler ਦੀ ਗੱਲ ਕਰੀਏ ਤਾਂ 28 rupees ਇੱਕ ਐਂਟਰੀ ਦਾ ਇੱਥੇ ਦੇਣਾ ਪੈਂਦਾ ਸੀ। ਹਾਲਾਂਕਿ ਟੂਰਿਸਟ ਬੱਸ ਦੀ ਗੱਲ ਕਰੀਏ ਜਾਂ ਕੋਈ ਵੱਡੀਆਂ ਗੱਡੀਆਂ ਦੀ ਗੱਲ ਕਰੀਏ ਤਾਂ 70 rupees ਪਰ ਐਂਟਰੀ ਇੱਥੇ ਰੱਖਿਆ ਗਿਆ ਸੀ। ਹੋਰ ਇੱਕ ਨਾਲ ਜਿਹੜੀ ਤੁਹਾਨੂੰ ਦੱਸੀਏ ਖਬਰ ਜਿਹੜੀ ਕਿ ਪਹਿਲਾਂ ਦੇਖਿਆ ਜਾਂਦਾ ਸੀਗਾ, ਜਦੋਂ ਜਿਹੜੇ ਪਰਚੀ ਕੱਟਦੇ ਸੀਗੇ ਉਹਨਾਂ ਦੀ ਗੱਲ ਕਰੀਏ ਤਾਂ ਪਰਚੀ ਕੱਟਣ ਵਾਲਿਆਂ ਦਾ ਕਿਤੇ ਨਾ ਕਿਤੇ ਨਹੀਂ ਪਤਾ ਲੱਗ ਸਕਦਾ ਸੀ, 2-3 ਵਿਅਕਤੀ ਜਿਹੜੇ ਨੇ ਉਹ ਪਰਚੀ ਕੱਟਦੇ ਹੋਏ ਨਜ਼ਰ ਆਉਂਦੇ ਸੀ। ਪਰ ਹੁਣ ਜਿਹੜਾ ਕਿ ਡਰੈਸ ਦੇ ਦਿੱਤੀ ਗਈ ਹੈ ਬਕਾਇਦਾ, ਡਰੈਸ ਪਾ ਕੇ ਇਹ ਵਿਅਕਤੀ ਜਿਹੜੇ ਨੇ ਉਹ ਸਕੈਨਰ ਨਾਲ ਸਕੈਨ ਕਰਾਉਂਦੇ ਨੇ, ਪੇਮੈਂਟ ਲੈਂਦੇ ਨੇ। ਹਾਲਾਂਕਿ ਆਈ ਕਾਰਡ ਪੂਰਨ ਤੌਰ 'ਤੇ ਜਾਰੀ ਜਿਹੜੇ ਨੇ ਉਹ ਕਰ ਦਿੱਤੇ ਗਏ ਨੇ ਕਿ ਪਤਾ ਲੱਗ ਸਕੇ ਕਿ ਇਹ ਵਿਅਕਤੀ ਜਿਹੜੇ ਨੇ ਪਰਚੀ ਕੱਟ ਰਹੇ ਨੇ ਜਾਕਰ QR ਸਕੈਨ ਨਾਲ ਜਿਹੜਾ ਪੇਮੈਂਟ ਲੈ ਰਹੇ ਨੇ ਉਹ ਜੈਨੂਅਨ ਨੇ। ਕਿਉਂਕਿ QR ਕੋਡ ਦੀ ਗੱਲ ਕਰੀ ਜਾਵੇ ਤਾਂ ਕਾਫੀ ਫਰੋਡ QR ਕੋਡ ਦੇ ਨਾਲ ਹੁੰਦੇ ਵੀ ਨੇ ਤੇ ਹੁੰਦੇ ਆਏ ਵੀ ਨੇ, ਤੇ ਲਗਾਤਾਰ ਇਸ ਦੇ ਜ਼ਰੀਏ ਅਗਰ ਆਪਾਂ ਆਈ ਕਾਰਡ ਵਿਅਕਤੀ ਦੇ ਗੱਲ ਦੇ ਵਿੱਚ ਪਿਆ ਹੋਏਗਾ ਤਾਂ ਲੱਗੇਗਾ ਪਤਾ ਕਿ ਜਿਹੜਾ ਵਿਅਕਤੀ ਆ ਉਹ ਨਗਰ ਨਿਗਮ ਦਾ ਹੀ ਵਿਅਕਤੀ ਆ ਤੇ ਤੁਸੀਂ ਜਿਹੜਾ ਉਹ ਸਹੀ ਹੱਥਾਂ ਦੇ ਵਿੱਚ ਆਪਣੇ ਪੈਸੇ ਜਿਹੜੇ ਨੇ ਉਹ ਦੇ ਰਹੇ ਹੋ। ਹਾਲਾਂਕਿ ਨਗਰ ਨਿਗਮ ਵੱਲੋਂ ਇਹ ਜਿਹੜੀ ਹੈ ਉਹ ਡਰੈਸ ਕੋਡ ਇੱਕ ਤਾਂ ਦੇ ਦਿੱਤਾ, ਦੂਸਰੇ ਪਾਸੇ ਜਿਹੜੀ ਪੇਮੈਂਟ ਹੈ ਹੁਣ ਉਹ QR ਕੋਡ ਰਾਹੀਂ ਕਰਤੀ ਹੈ। ਪਰਚੀ ਸਿਸਟਮ ਜਿਹੜਾ ਉਹ ਬਿਲਕੁਲ ਖਤਮ ਕਰ ਦਿੱਤਾ, ਇੱਕ ਪਾਸੇ ਤਾਂ ਡਿਜੀਟਲ ਜਿਹੜਾ ਉਹ ਚੰਡੀਗੜ੍ਹ ਹੁੰਦਾ ਹੋਇਆ ਨਜ਼ਰ ਆ ਰਿਹਾ। ਅਤੇ ਜੇਕਰ ਆਪਾਂ ਪਰਚੇ ਦੀ ਗੱਲ ਕਰੀਏ, ਜੇਕਰ ਪੇਪਰ ਦੀ ਗੱਲ ਕਰੀਏ ਤਾਂ ਪੇਪਰ ਦੀ ਪਰਚੀ ਜਿਹੜੀ ਉਹ ਬਣੀ ਹੁੰਦੀ ਸੀ, ਜਿਸਦੇ ਕਾਰਨ ਪੇੜਾਂ ਦਾ ਵੀ ਨੁਕਸਾਨ ਹੁੰਦਾ ਸੀ ਕਿਤੇ ਨਾ ਕਿਤੇ, ਉਹ ਵੀ ਹੁਣ ਵੱਸਦਾ ਹੋਇਆ ਨਜ਼ਰ ਆ ਗਿਆ, ਅਤੇ ਪੇਪਰਲੈਸ ਪਾਰਕਿੰਗ ਜਿਹੜੀ ਹੈ ਉਹ ਹੁੰਦੀ ਹੋਈ ਨਜ਼ਰ ਆ ਰਹੀ ਹੈ। ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਵਰਿੰਦਰਜੀਤ ਸਿੰਘ ਦੇ ਨਾਲ ਸੰਦੀਪ ਸਿੰਘ, ਅਜੀਤ ਵੈਬ TV।